ਬੀਏ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਮੁਖਾਤਿਬਾਂ। ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਤੁਹਾਡੀ ਦੂਸਰੀ ਕਿਤਾਬ ਆਧੁਨਿਕ ਪੰਜਾਬੀ ਕਵਿਤਾ 1901 ਤੋਂ ਲੈ ਕੇ 2000 ਤੱਕ, ਜਿਹਦੇ ਸੰਪਾਦਕ ਨੇ ਡਾਕਟਰ ਯੋਗਰਾਜ ਸਿੰਘ, ਡਾਕਟਰ ਯੋਗਰਾਜ ਅਤੇ ਡਾਕਟਰ ਜਸਵਿੰਦਰ ਸਿੰਘ ਸੈਣੀ। ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪ੍ਰਕਾਸ਼ਿਤ ਇਸ ਕਾਵਿ ਸੰਗ੍ਰਹਿ ਦੇ ਵਿੱਚ ਜੋ ਚੋਣਵੀਆਂ ਕਵਿਤਾਵਾਂ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਕਵੀ ਹੈ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਜਿਹੜਾ ਉਹ ਹੋਣ ਦਾ ਮਾਣ ਹਾਸਲ ਹੈ। ਤੁਹਾਡੇ ਸਿਲੇਬਸ ਦੇ ਵਿੱਚ ਉਸਦੀਆਂ ਜੋ ਦੋ ਕਵਿਤਾਵਾਂ ਨੇ ਉਸ 'ਚੋਂ ਪਹਿਲੀ ਕਵਿਤਾ ਹੈ ਚਸ਼ਮਾ। ਚਸ਼ਮਾ ਇੱਛਾ ਬਲ ਤੇ ਡੂੰਘੀਆਂ ਛਾਵਾਂ। ਕੀ ਲਿਖਦਾ ਹੈ? ਸਾਂਝ ਹੋਈ ਪਰਛਾਵੇਂ ਛੁੱਪ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਧ ਕਰ ਰਹੀ ਉਵੇਂ ਹੀ, ਤੇ ਟੁਰਨਾ ਵੀ ਨਹਿ ਹਾਰੀ, ਸੈਲਾਨੀ ਤੇ ਪੰਛੀ ਮਾਲੀ, ਹਨ ਸਭ ਆਰਾਮ 'ਚ ਆਏ, ਸਹਿਮ ਸਵਾਦਲਾ ਛਾ ਰਿਹਾ ਸਾਰੇ ਦੇ, ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ, ਕੁਦਰਤ ਟਿਕ ਗਈ ਸਾਰੀ। ਇਹ ਕਾਵਿ ਟੋਟਾ ਜਿਹੜਾ ਹੈ ਤੁਹਾਡੀ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਚਸ਼ਮਾ ਇੱਛਾ ਬਲ ਤੇ ਡੂੰਘੀਆਂ ਛਾਵਾਂ 'ਚੋਂ ਲਿਆ ਗਿਆ ਹੈ। ਜਿਸ ਤਰ੍ਹਾਂ ਤੁਸੀਂ ਪ੍ਰਸੰਗ ਲਿਖਣਾ, ਮੈਂ ਉਸ ਢੰਗ ਨਾਲ ਹੀ ਤੁਹਾਨੂੰ ਸਮਝਾ ਰਿਹਾ। ਇਹ ਕਵਿਤਾ ਜਿਹੜੀ ਹੈ ਦੋ ਰੁਬਾਈਆਂ 'ਚ ਸੰਪੂਰਨ ਹੁੰਦੀ ਹੈ। ਪਹਿਲੀ ਰੁਬਾਈ ਕਵੀ ਦੇ ਇੱਛਾ ਬਲ ਚਸ਼ਮੇ ਅੱਗੇ ਪ੍ਰਸ਼ਨ ਦੇ ਰੂਪ 'ਚ ਹੈ ਤੇ ਦੂਜੀ ਰੁਬਾਈ ਚਸ਼ਮੇ ਦੇ ਉੱਤਰ ਦੇ ਰੂਪ ਦੇ ਵਿੱਚ ਹੈ। ਇਸ ਤਰ੍ਹਾਂ ਇਸ ਕਵਿਤਾ ਦੀ ਪਹਿਲੀ ਰੁਬਾਈ ਦੀਆਂ ਜਿਹੜੀਆਂ ਆਪਾਂ ਪੜ੍ਹੀਆਂ ਨੇ, ਸਾਂਝ ਹੋਈ ਪਰਛਾਵੇਂ ਛੁੱਪ ਗਏ, ਇਹਨਾਂ 'ਚ ਭਾਈ ਸਾਹਿਬ ਇੱਛਾ ਬਲ ਚਸ਼ਮੇ ਦੇ ਅੱਗੇ ਇਹ ਪ੍ਰਸ਼ਨ ਕਰਦੇ ਆ ਕਿ ਸ਼ਾਮ ਪੈਣ ਨਾਲ ਸਾਰੀ ਕੁਦਰਤ ਟਿਕ ਗਈ ਹੈ ਤੇ ਉਸਨੇ ਅਜੇ ਤੱਕ ਕਿਉਂ ਚੱਲਣਾ ਜਾਰੀ ਰੱਖਿਆ ਹੋਇਆ। ਭਾਈ ਸਾਹਿਬ ਇਸ ਪ੍ਰਸ਼ਨ ਰਾਹੀਂ ਚਸ਼ਮੇ ਦੀ ਲਗਾਤਾਰ ਤੋੜ ਦਾ ਰਹੱਸਮਈ ਭੇਤ ਜਾਣਨਾ ਚਾਹੁੰਦੇ ਆ। ਤਾਂ ਇਹਨਾਂ ਸਤਰਾਂ ਦਾ ਅਰਥ ਅਸੀਂ ਕੀ ਲਵਾਂਗੇ, ਇਸ ਦੀ ਵਿਆਖਿਆ ਅਸੀਂ ਕਿਸ ਤਰ੍ਹਾਂ ਕਰਾਂਗੇ ਕਿ ਭਾਈ ਸਾਹਿਬ ਚਸ਼ਮੇ ਨੂੰ ਪ੍ਰਸ਼ਨ ਕਰਦੇ ਆ ਕਿ ਇਹ ਇੱਛਾ ਬਲ, ਸ਼ਾਮ ਪੈ ਗਈ ਹੈ, ਦਿਨ ਢਲ ਗਿਆ, ਪਰ ਤੂੰ ਅਜੇ ਵੀ ਆਪਣੀ ਚਾਲ ਦੇ ਵਿੱਚ ਕਿਉਂ ਚੱਲ ਰਿਹਾ? ਇੱਧਰ ਉੱਧਰ ਸੈਰ ਕਰਨ ਵਾਲੇ ਸੈਲਾਨੀ ਤੇ ਬਾਗਾਂ ਦੇ ਮਾਲੀ ਸਭ ਜਿਹੜੇ ਆ ਆਰਾਮ ਕਰਨ ਦੇ ਵਾਸਤੇ ਚਲੇ ਗਏ ਆ। ਚਾਰੇ ਪਾਸੇ ਇੱਕ ਆਨੰਦਮਈ ਜਿਹੜਾ ਚੁੱਪੀ ਜਿਹੜੀ ਆ ਛਾ ਗਈ ਹੈ, ਸਾਰੀ ਕੁਦਰਤ ਜਿਹੜੀ ਟਿਕਾਓ ਦੇ ਵਿੱਚ ਹੈ, ਪਰ ਤੂੰ ਉਸੇ ਤਰ੍ਹਾਂ ਚੱਲ ਰਿਹਾ ਹੈ, ਇਹਦਾ ਕਾਰਨ ਕੀ ਹੈ? ਅੱਗੋਂ ਚਸ਼ਮਾ ਕੀ ਜਵਾਬ ਦਿੰਦਾ? ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ, ਇੱਕੋ ਲੱਗਣ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਸੋ ਜਿਹੜੇ ਲੋਕਾਂ ਨੇ ਸੀਨੇ ਦੇ ਅੰਦਰ ਖਿੱਚ ਖਾਧੀ ਹੋਈ ਹੈ, ਕਵੀ ਜਿਹੜਾ ਹੈਗਾ ਉਹ ਕੀ ਜਵਾਬ ਦਿੰਦਾ ਚਸ਼ਮੇ ਦੇ ਰੂਪ 'ਚ? ਕਵੀ ਦਾ ਜਿਹੜਾ ਪ੍ਰਸ਼ਨ ਹੈ ਉਹ ਚਸ਼ਮੇ ਨੂੰ, ਤੇ ਚਸ਼ਮਾ ਅੱਗੇ ਕੀ ਕਹਿੰਦਾ ਹੈ ਕਿ ਜਿਨ੍ਹਾਂ ਦੇ ਦਿਲ 'ਚ ਆਪਣੇ ਪਿਆਰੇ ਲਈ ਖਿੱਚ ਹੁੰਦੀ ਹੈ, ਉਹ ਕਦੇ ਵੀ ਆਰਾਮ ਨਹੀਂ ਕਰਦੇ, ਜਿਨ੍ਹਾਂ ਅੱਖਾਂ ਨੂੰ ਨਿਉ ਲੱਗ ਚੁੱਕਾ ਹੁੰਦਾ ਹੈ, ਉਹਨਾਂ ਨੂੰ ਕਦੇ ਨੀਂਦ ਨਹੀਂ ਆਉਂਦੀ, ਉਹ ਰਾਤ ਦਿਨ ਆਪਣੇ ਪਿਆਰੇ ਦੀ ਭਾਲ ਲਈ ਖੁੱਲੀਆਂ ਅੱਖਾਂ ਰੱਖਦੇ ਹੈ ਤੇ ਉਹਨਾਂ ਦੀ ਭਾਲ 'ਚ ਤੁਰੇ ਰਹਿੰਦੇ ਹੈ। ਉਹਨਾਂ ਨੂੰ ਪਿਆਰੇ ਦੇ ਮਿਲਾਪ ਦੀ ਘੁਲ ਲੱਗਣ ਲੱਗੀ ਹੁੰਦੀ ਹੈ, ਇਸ ਕਰਕੇ ਉਹਨਾਂ ਦੀ ਚਾਲ ਵਿੱਚ ਕੋਈ ਫਰਕ ਨਹੀਂ ਪੈਂਦਾ, ਪਿਆਰੇ ਦੇ ਮਿਲਾਪ ਤੋਂ ਉਹਨਾਂ ਦਾ ਕੋਈ ਪੜਾਅ ਨਹੀਂ, ਇਸ ਲਈ ਉਹ ਰਾਤ ਦਿਨ ਆਪਣੀ ਚਾਲੇ ਤੁਰੇ ਜਾਂਦੇ ਹੈ। ਭਾਵ ਰੱਬ ਦੇ ਪ੍ਰੇਮੀ ਸੁੱਖ ਆਰਾਮ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਉਹ ਪ੍ਰੀਤਮ ਦੇ ਮਿਲਾਪ ਦੀ ਤੰਗ ਦਿਨ ਰਾਤ ਯਤਨ ਕਰਦੇ ਰਹਿੰਦੇ ਆ। ਜਾਂ ਦੂਜੇ ਸ਼ਬਦਾਂ 'ਚ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜਿਹੜਾ ਅਸੀਂ ਇੱਕ ਆਪਣਾ ਅਕੀਦਾ ਮਿੱਥਿਆ ਹੋਇਆ, ਆਪਣਾ ਇੱਕ ਟੀਚਾ ਮਿੱਥਿਆ ਹੋਇਆ, ਆਪਣਾ ਇੱਕ ਗੋਲ ਮਿੱਥਿਆ ਹੋਇਆ, ਉਹਦੇ ਵੱਲ ਨਿਰੰਤਰ ਆਪਾਂ ਵੱਧਦੇ ਜਾਣਾ, ਤਾਂ ਹੀ ਆਪਾਂ ਜ਼ਿੰਦਗੀ ਜਿਹੜੀ ਹੈ ਉਹ ਵਧੀਆ ਢੰਗ ਨਾਲ ਜਿਉਂ ਸਕਾਂਗੇ ਔਰ ਆਪਣੇ ਅਕੀਦੇ ਨੂੰ ਹਾਸਲ ਕਰ ਸਕਾਂਗੇ, ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਾਂਗੇ, ਜਾਂ ਜਿਹੜਾ ਅਸੀਂ ਸੁਪਨਾ ਲਿਆ ਆਪਣੇ ਕੈਰੀਅਰ ਬਾਰੇ ਉਸਨੂੰ ਆਪਾਂ ਪੂਰਾ ਕਰ ਸਕਾਂਗੇ। ਇਹ ਸੀ ਕਵਿਤਾ ਚਸ਼ਮਾ ਇੱਛਾ ਬਲ ਤੇ ਡੂੰਘੀਆਂ ਛਾਵਾਂ। ਉਸ ਤੋਂ ਬਾਅਦ ਅਗਲੀ ਜਿਹੜੀ ਕਵਿਤਾ ਹੈ ਉਹ ਹੈ ਰੌਂ ਰੁੱਖ। ਰੌਂ ਰੁੱਖ ਭਾਈ ਵੀਰ ਸਿੰਘ ਲਿਖਦਾ ਹੈ, ਸਾਗਰ ਪੁੱਛਦਾ ਨਦੀਏ,
ਸਾਰੇ ਬੂਟੇ ਬੂਟੀਆਂ ਲਿਆਵੇਂ ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਚਾਵੇਂ। ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪਟਸੱਕਾਂ ਪਰ ਜੋ ਝੁਕੇ ਵਗੇ ਰੌਂ ਰੁੱਖ ਨੂੰ ਪੇਸ਼ ਨਾ ਉਸਤੇ ਜਾਵੇ। ਇਹ ਕਵਿਤਾ ਦੇ ਵਿੱਚ ਸਾਗਰ ਜਿਹੜਾ ਹੈ ਉਹ ਭਾਈ ਸਾਹਿਬ ਦੀ ਸਮਕਾਲੀ ਰਾਜਨੀਤਿਕ ਸੱਤਾ ਅਰਥਾਤ ਅੰਗਰੇਜ਼ ਸਾਮਰਾਜ ਦਾ ਚਿੰਨ੍ਹ ਹੈ ਤੇ ਨਦੀ ਉਸਦੀ ਕਾਰਜਪਾਲਿਕਾ ਭਾਵ ਪੁਲਿਸ ਤੇ ਫੌਜ ਹੈ। ਰਾਜਨੀਤਿਕ ਸੱਤਾ ਰੂਪੀ ਸਾਗਰ ਆਪਣੀਆਂ ਨੀਤੀਆਂ ਤੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਨਦੀ ਰੂਪੀ ਕਾਰਜਪਾਲਿਕਾ ਨੂੰ ਪੁੱਛਦਾ ਹੈ ਕਿ ਉਹ ਹਰ ਬੂਟੇ ਬੂਟੀ ਨੂੰ ਆਪਣੀ ਤਾਕਤ ਨਾਲ ਪੁੱਟ ਕੇ ਉਸਦੇ ਕੋਲ ਲਿਆਉਣ ਦੀ ਸਮਰੱਥਾ ਰੱਖਦੀ ਹੈ, ਭਾਵ ਉਹ ਹਰ ਇੱਕ ਮਨੁੱਖ ਨੂੰ ਫੜ ਕੇ ਆਪਣੇ ਕਾਬੂ 'ਚ ਕਰਨਾ ਜਾਣਦੀ ਹੈ, ਪਰੰਤੂ ਉਹ ਕਦੇ ਬੈਤ ਦੇ ਬੂਟੇ ਅਰਥਾਤ ਵਿਸ਼ੇਸ਼ ਪ੍ਰਕਾਰ ਦੇ ਮਨੁੱਖਾਂ ਨੂੰ ਬਿਲਕੁਲ ਕੁਝ ਨਹੀਂ ਕਹਿੰਦੀ ਤੇ ਉਹਨਾਂ ਨੂੰ ਕੋਲ ਫੜ ਕੇ ਨਹੀਂ ਬਿਠਾਉਂਦੀ। ਇਸ ਦਾ ਕੀ ਕਾਰਨ ਹੈ? ਤਾਂ ਨਦੀ ਰੂਪੀ ਸਾਮਰਾਜੀ ਕਾਰਜਪਾਲਿਕਾ ਕਹਿੰਦੀ ਹੈ ਕਿ ਉਹ ਉਹਨਾਂ ਸਾਰੇ ਮਨੁੱਖ ਰੂਪੀ ਬੂਟਿਆਂ ਨੂੰ ਪੁੱਟ ਸਕਦੀ ਹੈ ਜੋ ਉਸਦੇ ਅੱਗੇ ਆਕੜਦੇ ਹੈ ਤੇ ਉਸਦੇ ਵਹਿਣ ਅੱਗੇ ਅੜਦੇ ਹੈ, ਪਰੰਤੂ ਉਹ ਉਹਨਾਂ ਬੈਤ ਰੂਪੀ ਮਨੁੱਖਾਂ ਨੂੰ ਕੁਝ ਨਹੀਂ ਕਹਿੰਦੀ ਜੋ ਉਸਦੇ ਵਹਿਣ ਅੱਗੇ ਝੁਕ ਜਾਂਦੇ ਹੈ ਤੇ ਉਸਦੇ ਰੌਂ ਰੁੱਖ ਦੇ ਮੁਤਾਬਕ ਆਪਣੇ ਆਪ ਨੂੰ ਢਾਲਦੇ ਹੋਏ ਬਿਲਕੁਲ ਹੀ ਲੰਮੇ ਪੈ ਜਾਂਦੇ। ਤਾਂ ਭਾਈ ਸਾਹਿਬ ਦਾ ਇਹ ਭਾਵ ਹੈ ਕਿ ਉਹਨਾਂ ਦੀ ਸਮਕਾਲੀ ਰਾਜਨੀਤਿਕ ਸੱਤਾ ਭਾਵ ਅੰਗਰੇਜ਼ ਸਾਮਰਾਜ ਉਹਨਾਂ ਲੋਕਾਂ ਨੂੰ ਸਜਾਵਾਂ ਤੇ ਦੁੱਖ ਦਿੰਦਾ ਸੀ ਜਿਹੜੇ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਬਣਦੇ ਸੀ ਜਾਂ ਵਿਰੋਧ ਕਰਦੇ ਸੀ ਜਾਂ ਉਹ ਬਾਗੀ ਹੋ ਜਾਂਦੇ ਸੀ, ਪਰੰਤੂ ਉਹ ਉਹਨਾਂ ਲੋਕਾਂ ਨੂੰ ਕੁਝ ਵੀ ਨਹੀਂ ਸੀ ਕਹਿੰਦੀ ਜੋ ਉਸਦੇ ਰੌਂ ਰੁੱਖ ਨੂੰ ਪਛਾਣਦੇ ਹੋਏ ਉਸਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੇ ਸੀ। ਭਾਈ ਸਾਹਿਬ ਦਾ ਇਸ ਰਬਾਈ ਵਿਚਲਾ ਇਹ ਵਿਚਾਰ ਉਹਨਾਂ ਦੀ ਆਪਣੀ ਅੰਗਰੇਜ਼ ਭਗਤੀ ਦਾ ਸੂਚਕ ਵੀ ਕਿਹਾ ਜਾ ਸਕਦਾ ਹੈ। ਭਾਈ ਵੀਰ ਸਿੰਘ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਉਹਨਾਂ ਦਾ ਰੁੱਖ ਜਿਹੜਾ ਹੈ ਉਹ ਕਿਤੇ ਨਾ ਕਿਤੇ ਅੰਗਰੇਜ਼ਾਂ ਨਾਲ ਅੱਛੇ ਸੰਬੰਧਾਂ ਦਾ ਵੀ ਰਿਹਾ ਹੈ, ਪਰ ਇਹਦੇ ਬਾਰੇ ਕੋਈ ਠੋਸ ਸਬੂਤ ਜਿਹੜਾ ਹੈ ਉਹ ਜਿਹੜਾ ਸਾਨੂੰ ਦੇਖਣ ਨੂੰ ਨਹੀਂ ਮਿਲਦਾ, ਪਰ ਇਹ ਗੱਲਾਂ ਕਹੀਆਂ ਜਾਂਦੀਆਂ ਨੇ। ਸੋ ਇਹ ਸੀ ਭਾਈ ਵੀਰ ਸਿੰਘ ਦੀਆਂ ਦੋ ਰਚਨਾਵਾਂ ਜਿਹੜੀਆਂ ਤੁਹਾਡੇ ਸਿਲੇਬਸ ਦਾ ਹਿੱਸਾ ਸੀਗੀਆਂ। ਅੱਗੇ ਆਪਾਂ ਗੱਲ ਕਰਾਂਗੇ ਧਨੀ ਰਾਮ ਚਾਤ੍ਰਿਕ ਦੀ। ਸੋ ਇਸ ਲੈਕਚਰ ਵਿੱਚ ਭਾਈ ਵੀਰ ਸਿੰਘ ਇੰਨਾ ਹੀ, ਅਗਲੇ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਧਨੀ ਰਾਮ ਚਾਤ੍ਰਿਕ ਦੀ।